ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 42ਵੇਂ ਵਿੱਚ ਅੱਜ ਆਪਾਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵੱਲੋਂ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਵਿੱਚ ਚੜ੍ਹਾਉਣ ਦਾ ਪ੍ਰਸੰਗ ਸਰਵਣ ਕਰਾਂਗੇ ਜੀ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸ਼੍ਰੀ ਗੁਰੂ ਅਰਜਨ ਦੇਵ ਜੀ ਬੇਨਤੀਆਂ ਸੁਣਦੇ ਸਨ ਅਤੇ ਉਹਨਾਂ ਦਾ ਉੱਜਲ ਜਸ ਹੁੰਦਾ ਸੀ। ਦੁਪਹਿਰ ਤੱਕ ਗੁਰੂ ਜੀ ਗ੍ਰੰਥ ਲਿਖਵਾਉਂਦੇ ਸਨ, ਫਿਰ ਚੱਲ ਕੇ ਅੰਮ੍ਰਿਤ ਸਰੋਵਰ 'ਤੇ ਆ ਜਾਂਦੇ ਸਨ, ਪਰਿਕਰਮਾ ਕਰਕੇ ਮੱਥਾ ਟੇਕਦੇ ਸਨ। ਜਦ ਸੰਗਤਾਂ ਦੇ ਇਕੱਠ ਵਿੱਚ ਬੈਠਦੇ ਸਨ ਤਾਂ ਸਿੱਖ ਚੰਦ ਵਾਂਗ ਉਹਨਾਂ ਦੇ ਦਰਸ਼ਨ ਕਰਦੇ ਸਨ। ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਲੱਗਦਾ ਸੀ, ਮਸੰਦ ਖੜ੍ਹੇ ਹੋ ਕੇ ਬੇਨਤੀਆਂ ਕਰਦੇ ਸਨ ਅਤੇ ਆ ਕੇ ਉਪਹਾਰ ਚਰਨਾਂ 'ਤੇ ਅਰਪਣ ਕਰਦੇ ਸਨ, ਜਿਵੇਂ ਸਾਰੇ ਦੇਵਤੇ ਇਕੱਠੇ ਹੋ ਕੇ ਹਰੀ ਦੇ ਪਾਸ ਜਾਂਦੇ ਹਨ। ਗੁਰੂ ਜੀ ਦਇਆ ਧਾਰ ਕੇ ਦਰਸ਼ਨ ਦਿੰਦੇ ਸਨ, ਸਿੱਖ ਵੇਖ ਕੇ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਸਨ। ਇੱਕ ਪਹਿਰ ਉੱਥੇ ਬੈਠ ਕੇ ਬਤੀਤ ਕਰਦੇ ਸਨ, ਫਿਰ ਚੱਲ ਕੇ ਤੰਬੂ ਵਾਲੇ ਪਾਸੇ ਆ ਜਾਂਦੇ ਸਨ। ਰਾਤ ਦਿਨ ਡੇਰੇ ਵਿੱਚ ਬਤੀਤ ਕਰਦੇ ਸਨ, ਸ਼ਬਦ ਬਣਾ ਕੇ ਫਿਰ ਲਿਖਾਉਂਦੇ ਸਨ। ਭਗਤੀ, ਵੈਰਾਗ ਅਤੇ ਗਿਆਨ ਦੇ ਗੁਣਾਂ ਨਾਲ ਮਿਲੀ ਹੋਈ ਕਈ ਪ੍ਰਕਾਰ ਦੀ ਬਾਣੀ ਬਣਾਉਂਦੇ ਸਨ। ਇੱਕ ਪ੍ਰਕਾਰ ਸਦਾ ਪ੍ਰੀਤ ਵਿਹਾਰ ਕਰਦੇ ਸਨ। ਸਤਿਗੁਰੂ ਜੀ ਨੇ ਕਈ ਦਿਨ ਬਤੀਤ ਕੀਤੇ। ਜਦ ਭਗਤਾਂ ਦੇ ਸ਼ਬਦ ਲਿਖੇ ਤਾਂ ਦਿਲ ਵਿੱਚ ਪ੍ਰਸੰਨ ਹੋ ਕੇ ਭਾਈ ਗੁਰਦਾਸ ਜੀ ਨੇ ਕਿਹਾ, ਪੰਜਾਂ ਪਾਤਸ਼ਾਹੀਆਂ ਦੀ ਬਾਣੀ ਵਿੱਚ ਆਖਿਰ 'ਤੇ ਨਾਮ ਨਾਨਕ ਹੀ ਰੱਖਿਆ ਹੈ। ਹੁਣ ਆਪਾਂ ਭਗਤਾਂ ਦੇ ਨਾਂ ਸ਼ਬਦ ਦੇ ਅੰਤ ਵਿੱਚ ਲਿਖਾਏ ਹਨ, ਪਰ ਇੱਥੇ ਤਾਂ ਕੋਈ ਭਗਤ ਦਿਖਾਈ ਨਹੀਂ ਦਿੰਦਾ ਹੈ। ਇਹ ਗੁਰੂ ਜੀ, ਮੇਰੇ ਇਸ ਸੰਸੇ ਨੂੰ ਦੂਰ ਕਰੋ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਫਿਰ ਬਚਨ ਕੀਤੇ, ਜੇ ਦਿਲ ਵਿੱਚ ਚਾਹੁੰਦੇ ਹੋ ਤਾਂ ਇਸ ਨੂੰ ਵੀ ਜਾਣ ਲਓ। ਜੋ ਸਵੇਰੇ ਤੁਹਾਡਾ ਆਉਣ ਦਾ ਵੇਲਾ ਹੈ ਉਸ ਤੋਂ 2 ਘੜੀਆਂ ਪਹਿਲਾਂ ਆਓ, ਤਦ ਤੁਹਾਡੇ ਸ਼ੰਕੇ ਦੂਰ ਹੋ ਜਾਣਗੇ। ਸੁਣ ਕੇ ਭਾਈ ਗੁਰਦਾਸ ਜੀ ਗੁਰੂ ਜੀ ਦੀ ਗੱਲ ਨੂੰ ਸਮਝ ਗਏ। ਬਾਹਰ ਕਨਾਤ ਵਿੱਚ ਕਿੰਨਾ ਹੀ ਥਾਂ ਛੱਡਿਆ ਹੋਇਆ ਸੀ, ਉੱਥੇ ਭਾਈ ਗੁਰਦਾਸ ਜੀ ਲਈ ਤੰਬੂ ਲਗਾ ਦਿੱਤਾ। ਲਿਖਣ ਸਮੇਂ ਗੁਰੂ ਜੀ ਚੱਲ ਕੇ ਉੱਥੇ ਆ ਜਾਂਦੇ ਸਨ, ਨਹੀਂ ਤਾਂ ਬਾਕੀ ਸਮਾਂ ਉਹ ਤੰਬੂ ਵਿੱਚ ਹੀ ਬਤੀਤ ਕਰਦੇ ਸਨ। ਸਤਿਗੁਰੂ ਜੀ ਦੇ ਚੰਗੇ ਬਚਨ ਸੁਣ ਕੇ ਭਾਈ ਜੀ ਆਪਣੇ ਡੇਰੇ ਚਲੇ ਗਏ। ਸੁੱਖ ਨਾਲ ਸੌਂ ਕੇ ਰਾਤ ਲੰਘਾਈ। ਜਦ ਪਹਿਰ ਰਾਤ ਰਹਿ ਗਈ ਤਾਂ ਸੁਚਮ ਬਣਾਈ। ਗੁਰੂ ਜੀ ਪਾਸ ਪਹੁੰਚਣ ਦਾ ਸਮਾਂ ਜਾਣਿਆ ਤਾਂ 2 ਘੜੀਆਂ ਪਹਿਲਾਂ ਹੀ ਚੱਲ ਕੇ ਆ ਗਏ। ਉਸ ਸਮੇਂ ਸਤਿਗੁਰੂ ਜੀ ਦੇ ਚਾਰੇ ਪਾਸੇ ਭਗਤ ਪ੍ਰਭੂ ਰਸ ਵਿੱਚ ਭਿੱਜੇ ਚਰਚਾ ਕਰ ਰਹੇ ਸਨ। ਸਹਿਮ ਕੇ ਉਸ ਥਾਂ ਖੜ੍ਹੇ ਰਹੇ ਜਿੱਥੇ ਆਉਣ ਜਾਣ ਦਾ ਰਸਤਾ ਸੀ। ਭਗਤ ਉੱਠ ਕੇ ਆਪਣੇ ਘਰਾਂ ਨੂੰ ਚੱਲ ਪਏ। ਤਦ ਭਾਈ ਗੁਰਦਾਸ ਜੀ ਨੇ ਸਾਰਿਆਂ ਦੇ ਦਰਸ਼ਨ ਕੀਤੇ। ਭਗਤ ਕਬੀਰ ਆਦਿ ਜਿਹੜੇ ਸਾਰੇ ਸਨ, ਵੇਖ ਕੇ ਜਾਣਿਆ ਕਿ ਇਹ ਹੁਣ ਰਾਹ ਪੈ ਚੱਲੇ ਹਨ। ਦੌੜ ਕੇ ਸਾਰਿਆਂ ਦੀ ਚਰਨੀ ਪੈ ਗਏ, ਹੱਥ ਜੋੜ ਕੇ ਚੰਗੀ ਤਰ੍ਹਾਂ ਵੰਦਨਾ ਕੀਤੀ। ਤਦ ਸਾਰੇ ਭਗਤਾਂ ਨੇ ਭਾਈ ਗੁਰਦਾਸ ਜੀ ਨੂੰ ਵੰਦਨਾ ਕੀਤੀ, ਕੁਸ਼ਲਤਾ ਪੁੱਛ ਕੇ ਬਹੁਤ ਆਨੰਦਮਈ ਕਰ ਦਿੱਤਾ। ਸਾਰਿਆਂ ਨੇ ਆਪਣਾ ਆਪਣਾ ਨਾਂ ਸੁਣਾਇਆ। ਸਾਰਿਆਂ ਨੂੰ ਮਿਲ ਕੇ ਦਿਲ ਦੇ ਸ਼ੰਕੇ ਦੂਰ ਹੋ ਗਏ। ਫਿਰ ਸਾਰੇ ਆਪਣੇ ਘਰਾਂ ਨੂੰ ਚਲੇ ਗਏ। ਡਰ ਧਾਰਨ ਕਰਕੇ ਭਾਈ ਗੁਰਦਾਸ ਜੀ ਨੇ ਵਿਚਾਰ ਕੀਤੀ ਕਿ ਗੁਰੂ ਜੀ ਨੇ ਮੈਨੂੰ ਕਿਹਾ ਸੀ ਕਿ ਮੇਰੇ ਪਾਸ ਆਉਣਾ, ਮੈਂ ਉਹਨਾਂ ਦੇ ਪਾਸ ਨਹੀਂ ਗਿਆ ਹਾਂ ਅਤੇ ਨਾ ਹੀ ਉਹਨਾਂ ਦੇ ਦਰਸ਼ਨ ਕੀਤੇ ਹਨ। ਤਦ ਫੌਰਨ ਗੁਰੂ ਜੀ ਦੇ ਪਾਸ ਚਲੇ ਗਏ ਅਤੇ ਦੋਵੇਂ ਹੱਥ ਜੋੜ ਕੇ ਵੰਦਨਾ ਕੀਤੀ। ਵੱਡਿਆਂ ਤੋਂ ਵੱਡੇ ਭਾਵ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਨੂੰ ਸਮਝਿਆ, ਖੜ੍ਹੇ ਹੋ ਕੇ ਗੁਰੂ ਜੀ ਦਾ ਜਸ ਕੀਤਾ। ਤੁਸੀਂ ਨਿਰੰਕਾਰ ਦਾ ਸਰੂਪ ਹੋ, ਈਸ਼ਵਰ ਦਾ ਸਰਗੁਣ ਰੂਪ ਧਾਰਨ ਕੀਤਾ ਹੈ, ਸਤਿਗੁਰ ਵਿੱਚ 52 ਅਵਤਾਰ ਦਾ ਸਰੀਰ ਧਾਰਿਆ ਅਤੇ ਤਿੰਨਾਂ ਲੋਕਾਂ ਨੂੰ ਤਿੰਨਾਂ ਕਦਮਾਂ ਨਾਲ ਹੀ ਮਿਲ ਲਿਆ।
ਤ੍ਰੇਤੇ ਤੁਸੀਂ ਰਾਮ ਰੂਪ ਸੁਹਾਏ ਤੇ ਰਾਵਣ ਸਹਿਤ ਅਣਗਿਣਤ ਰਾਕਸ਼ਾਂ ਨੂੰ ਮਾਰਿਆ। ਦੁਆਪਰ ਵਿੱਚ ਕ੍ਰਿਸ਼ਨ ਮੁਰਾਰੀ ਹੋਏ ਅਸੰਖਾਂ ਦੀ ਗਿਣਤੀ ਵਿੱਚ ਵੈਰੀ ਦੀ ਸੈਨਾ ਨੂੰ ਮਾਰਿਆ। ਹੁਣ ਕਲਯੁੱਗ ਦੇ ਸਮੇਂ ਨੂੰ ਵੇਖਿਆ ਹੈ, ਹੁਣ ਆਪ ਜੀ ਨੇ ਗੁਰੂ ਰੂਪ ਧਾਰਨ ਕੀਤਾ ਹੈ। ਅਸੀਂ ਮਾੜੀ ਬੁੱਧੀ ਵਾਲੇ ਮਨੁੱਖ ਆਪ ਜੀ ਨੂੰ ਜਾਣਦੇ ਨਹੀਂ ਹਾਂ, ਤੁਹਾਡੀ ਮਹਿਮਾ ਬਹੁਤ ਮਹਾਨ ਹੈ। ਹੇ ਦਇਆ ਦੇ ਸਾਗਰ, ਮੈਨੂੰ ਭੁੱਲ ਬਖਸ਼ ਦਿਓ, ਮੈਨੂੰ ਦਾਸ ਜਾਣ ਕੇ ਮੇਰੀ ਲਾਜ ਰੱਖੋ। ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੀ ਉਸਤਤ ਸੁਣ ਕੇ ਬਹੁਤ ਪ੍ਰਸੰਨ ਹੋ ਕੇ ਬੋਲੇ, ਹੇ ਵੱਡੇ ਭਾਗਾਂ ਵਾਲੇ, ਤੇਰੇ ਉੱਤੇ ਮੈਂ ਬਹੁਤ ਖੁਸ਼ ਹਾਂ, ਹੁਣ ਮਨ ਚਾਹਤ ਵਸਤੂ ਮੈਥੋਂ ਮੰਗ ਲਓ। ਤੁਹਾਡੇ ਵੱਡਾ ਹੋਰ ਕੋਈ ਆਦਰਯੋਗ ਨਹੀਂ ਹੈ, ਤੁਸੀਂ ਸਾਡੇ ਸੇਵਕ ਪ੍ਰੇਮੀ ਅਤੇ ਪਿਆਰੇ ਹੋ। ਤਦ ਹੱਥ ਜੋੜ ਕੇ ਭਾਈ ਗੁਰਦਾਸ ਜੀ ਨੇ ਕਿਹਾ, ਜੋ ਭਗਤ ਤੁਹਾਡੇ ਪਾਸ ਆਉਂਦੇ ਹਨ ਗੁਰੂ ਜੀ, ਆਪ ਜੀ ਉਹਨਾਂ ਦੇ ਯੋਗ ਦਰਸ਼ਨ ਕਰਦੇ ਹੋ, ਉਹਨਾਂ ਨਾਲ ਚਰਚਾ ਕਰਦੇ ਹੋ ਅਤੇ ਉਹਨਾਂ ਦੇ ਸਰੀਰਾਂ ਨਾਲ ਸਪਰਸ਼ ਵੀ ਕਰਦੇ ਹੋ। ਮੇਰੀ ਇਹ ਮੰਗ ਹੈ ਕਿ ਮੈਂ ਵੀ ਉਸ ਤਰ੍ਹਾਂ ਉਹਨਾਂ ਦੇ ਦਰਸ਼ਨ ਕਰ ਸਕਾਂ, ਗਿਆਨ ਦੇ ਵਚਨ ਕਹਾਂ ਅਤੇ ਉਹਨਾਂ ਤੋਂ ਕਹਾਵਾਂ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਠੀਕ ਹੈ, ਇਸ ਤਰ੍ਹਾਂ ਹੀ ਹੋਵੇਗਾ। ਗੁਰੂ ਜੀ ਦੇ ਵਚਨ ਸੁਣ ਕੇ ਭਾਈ ਗੁਰਦਾਸ ਜੀ ਦਿਲ ਵਿੱਚ ਬਹੁਤ ਪ੍ਰਸੰਨ ਹੋ ਗਏ। ਫਿਰ ਮੁਕਤੀ ਦਾਤੇ ਲਿਖਾਉਣ ਲੱਗੇ, ਸ਼ਬਦ ਸਮੂਹ ਪ੍ਰੇਮ ਨਾਲ ਭਰੇ ਹੋਏ ਸਨ। ਜਦ ਰਾਗ ਦਾ ਅੰਤ ਨੇੜੇ ਆ ਜਾਂਦਾ ਸੀ ਤਾਂ ਤਦ ਭਗਤ ਆਪਣੇ ਸ਼ਬਦ ਲਿਖਾਉਂਦੇ ਸਨ। ਕੋਈ ਹੋਰ ਸਿੱਖ ਸੇਵਕ ਉੱਥੇ ਨਹੀਂ ਜਾਂਦਾ ਸੀ, ਗੁਰੂ ਜੀ, ਭਾਈ ਗੁਰਦਾਸ ਜੀ ਅਤੇ ਭਗਤਾਂ ਦਾ ਇਕੱਠ ਹੀ ਉੱਥੇ ਹੁੰਦਾ ਸੀ। ਜਿਸ ਭਵਜਲ ਵਿੱਚ ਜੀਵ ਦੁੱਖ ਪਾ ਰਹੇ ਹਨ ਉਹਨਾਂ ਵਾਸਤੇ ਕਰ ਰਹੇ ਸਨ, ਤਾਂ ਕਿ ਉਹ ਆਸਾਨੀ ਨਾਲ ਇਹ ਭਵਜਲ ਤਰ ਕੇ ਪਾਰ ਹੋ ਜਾਣ। ਗੁਰੂ ਜੀ ਜਿਵੇਂ ਬੋਲ ਕੇ ਸੁਣਾਉਂਦੇ ਸਨ, ਭਾਈ ਜੀ ਉਸ ਸਮਾਨ ਹੀ ਹਵਾ ਵਾਂਗ ਲਿਖਦੇ ਜਾਂਦੇ ਸਨ। ਉਹ ਫੌਰਨ ਲਿਖ ਲੈਂਦੇ ਸਨ, ਕਿਤੇ ਵੀ ਅਟਕਦੇ ਨਹੀਂ ਸਨ, ਥੋੜ੍ਹੇ ਹੀ ਸਮੇਂ ਵਿੱਚ ਬਹੁਤ ਕੰਮ ਕਰ ਲਿਆ। ਜਦ ਸ਼ਬਦਾਂ ਦੇ ਆਸ਼ਿਆਂ ਨੂੰ ਜਾਣ ਲੈਂਦੇ ਸਨ, ਨਹੀਂ ਤਾਂ ਗੁਰੂ ਜੀ ਪਾਸੋਂ ਪੁੱਛ ਲੈਂਦੇ ਸਨ। ਭਾਈ ਗੁਰਦਾਸ ਜੀ ਤਦ ਫੌਰਨ ਲਿਖ ਲੈਂਦੇ ਸਨ, ਗੁਰੂ ਜੀ ਜਿਵੇਂ ਵੀ ਉਚਾਰਨ ਕਰਦੇ ਸਨ। ਇੱਕ ਦਿਨ ਸਿਖਰ ਦੁਪਹਿਰ ਲੱਗੀ ਹੋਈ ਸੀ ਅਤੇ ਸ਼੍ਰੀ ਗੁਰੂ ਜੀ ਅੰਮ੍ਰਿਤ ਸਰੋਵਰ 'ਤੇ ਗਏ ਹੋਏ ਸਨ। ਦਰਸ਼ਨ ਦੇ ਕੇ ਬਾਅਦ ਵਿੱਚ ਉਹ ਮੁੜ ਆਏ, ਇੱਕ ਪਹਿਰ ਦਿਨ ਬੈਠ ਕੇ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ 52 ਅੱਖਰੀ ਬਣਾਈ, ਉਸ ਨੂੰ ਲਿਖਾਉਣ ਵਾਸਤੇ ਮੁੱਖ ਤੋਂ ਉਚਾਰਨ ਕਰ ਰਹੇ ਸਨ। ਆਦਿ ਅੰਤ ਵਿੱਚ ਇੱਕ ਇੱਕ ਸਲੋਕ ਜੋੜਿਆ, ਜਿਸ ਵਿੱਚ ਸਤਿਗੁਰੂ ਦੀ ਸੁਖਦਾਇਕ ਮਹਿਮਾ ਕੀਤੀ ਗਈ। ਭਾਈ ਜੀ ਲਿਖ ਪੜ੍ਹ ਕੇ ਬਹੁਤ ਪ੍ਰਸੰਨ ਹੋਏ ਅਤੇ ਕਹਿਣ ਲੱਗੇ, ਬਹੁਤ ਹੀ ਸੁੰਦਰ ਬਣਾਈ ਹੈ, ਸੁੰਦਰ ਪਾਠ ਅਰਥ ਇਸ ਵਿੱਚ ਰੱਖਿਆ ਹੈ। ਇਹ ਸੁਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ, ਸ਼੍ਰੀ ਪਰਮੇਸ਼ਰ ਦੀ ਕੀਰਤੀ ਕੀਤੀ ਗਈ ਹੈ, ਗੁਰਬਾਣੀ ਪ੍ਰਭੂ ਦੇ ਸੁੰਦਰ ਗਹਿਣੇ ਹਨ, ਜਿਹੜੀ ਇਹ 52 ਅੱਖਰੀ ਬਣੀ ਹੈ ਜੜਾਊ ਹੀਰੇ ਮਣੀਆਂ ਕਰਕੇ ਬੜੀ ਸ਼ੋਭਾ ਪਾ ਰਹੀ ਹੈ। ਇਸ ਵਿੱਚ ਸ਼ੋਭਾ ਵਾਲੇ ਰਤਨ ਜੜੇ ਹਨ, ਇਹ ਗਹਿਣੇ ਦੇ ਬਰਾਬਰ ਛਵੀ ਪਾਏਗੀ। ਪਾਠਕ ਵਾਸਤੇ ਇਹ ਭੁਗਤੀ ਮੁਕਤੀ ਦੀ ਦਾਤੀ ਹੋਵੇਗੀ। ਜਿਹੜਾ ਇਸ ਦੇ ਰਸ ਨੂੰ ਸਮਝ ਲਵੇਗਾ ਉਹ ਲੋਕ ਪ੍ਰਲੋਕ ਵਿੱਚ ਸੁੱਖ ਪਾਵੇਗਾ। ਇਸ ਪ੍ਰਕਾਰ ਬਚਨ ਕਹਿੰਦਿਆਂ ਸੁਣਦਿਆਂ ਰਾਤ ਪੈ ਗਈ ਅਤੇ ਸੰਘਣਾ ਹਨੇਰਾ ਹੋ ਗਿਆ। ਭਾਈ ਗੁਰਦਾਸ ਜੀ ਆਪਣੇ ਡੇਰੇ ਚਲੇ ਗਏ। ਗੁਰੂ ਜੀ ਨੇ ਬਹੁਤ ਵਿਚਾਰ ਕੀਤੀ, ਜਿਸ ਨੂੰ ਸਿੱਖ ਨੇਮ ਕਰਕੇ ਪੜ੍ਹਨ ਅਤੇ ਪ੍ਰੇਮ ਨਾਲ ਰੋਜ਼ ਕੰਠ ਕਰਨ, ਜਿਵੇਂ ਗੀਤਾ ਸਾਰੇ ਸ਼ਾਸਤਰਾਂ ਦਾ ਸਾਰ ਹੈ, ਵੇਦਾਂ ਦੀ ਸਾਰ ਉਸ ਤਰ੍ਹਾਂ ਹੀ ਕੱਢ ਲੈਣਗੇ। ਮਨੁੱਖ ਦੇ ਉਧਾਰ ਵਾਸਤੇ ਐਸੀ ਬਾਣੀ ਰਚਨੀ ਚਾਹੀਦੀ ਹੈ ਜਿਹੜੇ ਵੱਡੇ ਸੁੱਖਾਂ ਦੀ ਦਾਤੀ ਹੋਵੇ। ਪਹਿਰ ਰਾਤ ਤੱਕ ਜਦ ਤੱਕ ਜਾਗਦੇ ਰਹਿੰਦੇ ਸਨ ਤਦ ਤੱਕ ਇਹੋ ਵਿਚਾਰ ਕਰਦੇ ਰਹਿੰਦੇ ਸਨ। ਫਿਰ ਗੁਰੂ ਜੀ ਜਿਨ੍ਹਾਂ ਨੇ ਆਪਣੇ ਦਾਸਾਂ ਦੇ ਸਭ ਦੁੱਖ ਦੂਰ ਕੀਤੇ ਸਨ ਸੌਂ ਜਾਂਦੇ ਸਨ। ਫਿਰ ਪਹਿਰ ਰਾਤ ਰਹਿੰਦਿਆਂ ਜਾਗ ਪਏ ਅਤੇ ਅੰਤਰਜਾਮੀ ਗੁਰੂ ਜੀ ਨੇ ਹਰ ਪ੍ਰਕਾਰ ਸੁਚਮ ਕੀਤੀ। ਦੰਦਾਂ ਨੂੰ ਦਾਤਨ ਨਾਲ ਚੰਗੀ ਤਰ੍ਹਾਂ ਸਾਫ਼ ਕੀਤਾ। ਫਿਰ ਗੁਰੂ ਜੀ ਸਹਿਜ ਸੁਭਾਅ ਚੱਲ ਪਏ। ਫਿਰ ਭਾਈ ਗੁਰਦਾਸ ਜੀ ਦੇ ਤੰਬੂ ਪਾਸ ਆ ਗਏ ਅਤੇ ਉਹਨਾਂ ਨੂੰ ਵੀ ਆਪਣੇ ਨਾਲ ਲੈ ਕੇ ਚੱਲ ਪਏ। ਗੁਰੂ ਜੀ ਨੇ ਰਾਮ ਸਰੋਵਰ ਤੀਰਥ ਦੇ ਕੰਢੇ ਜਾ ਕੇ ਇਸ਼ਨਾਨ ਕੀਤਾ। ਫਿਰ ਉਸ ਥਾਂ ਭਾਈ ਗੁਰਦਾਸ ਜੀ ਨੇ ਵੀ ਇਸ਼ਨਾਨ ਕੀਤਾ, ਕੱਪੜੇ ਪਹਿਨ ਕੇ ਉਸ ਥਾਂ ਬੈਠ ਗਏ। ਰਾਮ ਸਰੋਵਰ ਦੇ ਪੂਰਬ ਅਤੇ ਉੱਤਰ ਦੇ ਵਿਚਕਾਰਲੇ ਪਾਸੇ ਇੱਕ ਸ਼ੁਭ ਅਸਥਾਨ 'ਤੇ ਬੇਰੀ ਖੜ੍ਹੀ ਸੀ।
ਕਿਰਪਾ ਦੇ ਸਾਗਰ ਗੁਰੂ ਜੀ ਨੇ ਉਸ ਦਰਖਤ ਨੂੰ ਵੇਖਿਆ ਤੇ ਫਿਰ ਉਸਦੇ ਹੇਠਾਂ ਆ ਕੇ ਬੈਠ ਗਏ। ਭਾਈ ਗੁਰਦਾਸ ਜੀ ਉਹਨਾਂ ਦੇ ਸਾਹਮਣੇ ਬੈਠ ਗਏ। ਸ਼੍ਰੀ ਗੁਰੂ ਜੀ ਨੇ ਬਚਨ ਕੀਤੇ, ਭਿਆਨਕ ਕਲਯੁੱਗ ਦਾ ਸਮਾਂ ਆਇਆ ਹੈ, ਜੱਗ ਵਿੱਚ ਵਿਕਾਰਾਂ ਦੀ ਸੈਨਾ ਛਾਈ ਹੋਈ ਹੈ, ਇਹਨਾਂ ਵਿਕਾਰਾਂ ਨੂੰ ਪਾ ਕੇ ਮਨੁੱਖ ਪਾਪ ਕਰ ਰਹੇ ਹਨ, ਅੰਤ ਕਾਲ ਸਮੇਂ ਇਹ ਲੋਕ ਨਰਕਾਂ ਵਿੱਚ ਪੈਣਗੇ, ਉੱਥੇ ਬਹੁਤ ਦੁੱਖ ਭੋਗਣਗੇ, ਉੱਥੇ ਉਹਨਾਂ ਦੀ ਕੋਈ ਵੀ ਸਹਾਇਤਾ ਨਹੀਂ ਕਰੇਗਾ। ਮਨੁੱਖ ਜਿਨ੍ਹਾਂ ਵਾਸਤੇ ਅਨੇਕਾਂ ਪਾਪ ਕਰਦਾ ਹੈ, ਉਹਨਾਂ ਵਿੱਚੋਂ ਉੱਥੇ ਇੱਕ ਨੇ ਵੀ ਸਹਾਇਤਾ ਕਰਨ ਲਈ ਨਹੀਂ ਪਹੁੰਚਣਾ। ਜੰਮਾਂ ਪਾਸੋਂ ਬਹੁਤ ਸਜਾਵਾਂ ਪਾਉਣਗੇ, ਪਾਪਾਂ ਨੂੰ ਭੋਗ ਕੇ ਫਿਰ ਫਲ ਨਿਕਲੇਗਾ। ਖਰਗੋਸ਼ ਸੁੱਕੇ ਘਾਹ ਵਿੱਚ ਜਾ ਕੇ ਵਾਪਸ ਪਰਤ ਕੇ ਬੜਾ ਦੁੱਖ ਪਾਉਂਦਾ ਹੈ, ਫਿਰ ਉਹ ਹੋਰ ਘਾਹ ਨੂੰ ਜਾ ਮਿਲਦਾ ਹੈ ਅਤੇ ਮੂੰਹ ਨਾਲ ਚਰ ਕੇ ਉਸ ਘਾਹ ਨੂੰ ਆਪਣੇ ਪੇਟ ਵਿੱਚ ਲੈ ਜਾਂਦਾ ਹੈ। ਘਾਹ ਦੰਦਾਂ ਥੱਲੇ ਆ ਕੇ ਦੁੱਖ ਪਾਉਂਦਾ ਹੈ, ਫਿਰ ਢਿੱਡ ਵਿੱਚ ਜਾ ਕੇ ਸਮਾ ਜਾਂਦਾ ਹੈ। ਉੱਥੇ ਜਾ ਕੇ ਪੇਟ ਦੀ ਅੱਗ ਨਾਲ ਸੜਦਾ ਹੈ ਅਤੇ ਟੋਟੇ ਟੋਟੇ ਹੋ ਕੇ ਪੇਟ ਦੇ ਰਸ ਨਾਲ ਮਿਲ ਜਾਂਦਾ ਹੈ। ਨਾੜਾਂ ਵਿੱਚ ਜਾ ਕੇ ਲਹੂ ਬਣ ਜਾਂਦਾ ਹੈ, ਇਸ ਤਰ੍ਹਾਂ ਸੱਤਾਂ ਧਾਤਾਂ ਵਿੱਚ ਚਲੇ ਜਾਂਦਾ ਹੈ, ਫਿਰ ਵੀਰਜ ਨਾਲ ਮਿਲ ਕੇ ਬਾਹਰ ਨਿਕਲਦਾ ਹੈ ਅਤੇ ਫਿਰ ਇਸਤਰੀ ਦੇ ਗੁਪਤ ਅੰਗ ਵਿੱਚ ਚਲੇ ਜਾਂਦਾ ਹੈ। ਗਰਭ ਵਿੱਚ ਪੈ ਕੇ ਦੁੱਖ ਗਿਣੇ ਨਹੀਂ ਜਾਂਦੇ ਹਨ, ਗੰਧ ਮੂਤਰ ਵਿੱਚ ਵੱਸਦਾ ਹੈ, ਜਦ ਫਿਰ ਬਾਹਰ ਦੁਨੀਆਂ ਵਿੱਚ ਆਉਂਦਾ ਹੈ ਤਾਂ ਪੈਦਾਇਸ਼ ਸਮੇਂ ਬਹੁਤ ਦੁੱਖ ਪਾਉਂਦਾ ਹੈ। ਇਸ ਤਰ੍ਹਾਂ ਜਨਮ ਲੈ ਕੇ ਫਿਰ ਸਰੀਰ ਪਾਉਂਦਾ ਹੈ, ਫਿਰ ਭਿਆਨਕ ਪਾਪ ਕਰ ਕਰਕੇ ਮਰ ਜਾਂਦਾ ਹੈ। ਸੋ ਥੋੜ੍ਹੀ ਮਾਤਰਾ ਵਿੱਚ ਹੀ ਇਹ ਦੁੱਖ ਕਹੇ ਹਨ, ਗਿਣੇ ਨਹੀਂ ਜਾ ਸਕਦੇ ਜਿੰਨੇ ਮਨੁੱਖ ਨੂੰ ਸਹਿਣੇ ਪੈਂਦੇ ਹਨ। ਇਸ ਕਰਕੇ ਇੱਕ ਐਸੀ ਬਾਣੀ ਲਿਖੀਏ ਜਿਸ ਨੂੰ ਨਿੱਤ ਪੜ੍ਹਨ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਵੇ। ਜਿਹੜਾ ਵੀ ਇਸ ਨੂੰ ਹਿਰਦੇ ਵਿੱਚ ਵਸਾ ਕੇ ਇਸ ਦੀ ਕਮਾਈ ਕਰੇਗਾ, ਉਸਦਾ ਫਿਰ ਕਦੀ ਜਨਮ ਮਰਨ ਨਹੀਂ ਹੋਵੇਗਾ। ਇਤਿਆਦਿ ਬਹੁਤ ਆਨੰਦਮਈ ਬਚਨ ਉਪਕਾਰੀ ਗੁਰੂ ਜੀ ਨੇ ਉਚਾਰਨ ਕੀਤੇ। ਇੰਨੇ ਚਿਰ ਨੂੰ ਪ੍ਰਭਾਤ ਹੋ ਗਈ, ਲੋ ਲੱਗ ਗਈ ਅਤੇ ਚਿੜੀਆਂ ਚਹਿਕਣ ਲੱਗ ਗਈਆਂ। ਸੋ ਸਾਧ ਸੰਗਤ ਜੀ, ਇੱਥੇ ਤੀਸਰੀ ਰਾਸ ਦਾ 42ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਦਾਸ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ, ਕਿਰਪਾ ਕਰਕੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।